ਸਤਿ ਸ਼੍ਰੀ ਅਕਾਲ। ਕਿਸਾਨ ਅੰਦੋਲਨ 2021 ਤੋਂ ਬਾਅਦ ਹੁਣ 2024 ਦੇ ਵਿੱਚ ਵੀ 13 ਫਰਵਰੀ ਤੋਂ ਚੱਲ ਰਿਹਾ ਹੈ। ਇਸ ਅੰਦੋਲਨ ਨੂੰ ਦੋ ਲੋਕ ਪੰਜਾਬ ਦੇ ਲੀਡਰ ਲੀਡ ਕਰ ਰਹੇ ਹਨ, ਜਗਜੀਤ ਸਿੰਘ ਢੱਲੇਵਾਲ ਤੇ ਸਵਰਨ ਸਿੰਘ ਪੰਧੇਰ। ਜਗਜੀਤ ਸਿੰਘ ਢੱਲੇਵਾਲ ਦਾ ਇੱਕ ਬਿਆਨ ਬਹੁਤ ਵਾਇਰਲ ਹੋ ਰਿਹਾ ਹੈ ਔਰ ਲੋਕਾਂ ਨੂੰ ਸਮਝ ਆ ਰਿਹਾ ਵੀ ਇਹਦੇ ਪਿੱਛੇ ਹੇਤੂ ਕੀ ਹੈ, ਕਿਉਂਕਿ ਹਰ ਅੰਦੋਲਨ ਦਾ ਕੋਈ ਨਾ ਕੋਈ ਹੇਤੂ ਹੁੰਦਾ। ਉਹ ਹੇਤੂ, ਉਹ ਮੂਲ ਆਪਾਂ ਸਾਰੇ ਲੋਕ ਦੇਖੀਏ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਤੇ ਆਪਾਂ ਜਾਣੀਏ ਵੀ ਇਸ ਅੰਦੋਲਨ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਕਿਉਂ ਪਏ ਔਰ ਉਹ ਕੀ ਕਰਨਾ ਚਾਹੁੰਦੇ ਆ। ਮੋਦੀ ਦਾ ਗ੍ਰਾਫ ਬਹੁਤ ਮੰਦਰ ਦੇ ਕਰਕੇ ਉੱਪਰ ਚੜ ਗਿਆ, ਉਹ ਨੁਕਸਾਨ ਉਹ ਇਹਦਾ ਗ੍ਰਾਫ ਡਾਊਨ ਕਿਵੇਂ ਆ ਸਕਦਾ ਹੈ। ਮੈਂ ਬਹੁਤ ਵਾਰੀ ਜਦੋਂ ਮੈਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਉਂਦਾ ਫਿਰਦਾ ਸੀ, ਬਹੁਤ ਵਾਰੀ ਲੋਕਾਂ ਨੂੰ ਇਹੋ ਕਹਿੰਦਾ ਸੀ ਕਿ ਮੌਕਾ ਬੜਾ ਥੋੜਾ ਹੈ, ਗ੍ਰਾਫ ਉਹਦਾ ਬੜਾ ਉੱਚਾ ਚੜਿਆ ਹੋਇਆ, ਦਿਨ ਸਾਡੇ ਕੋਲੇ ਥੋੜੇ ਆ, ਕੀ ਅਸੀਂ ਇਹਨੇ ਥੋੜੇ ਦਿਨਾਂ ਦੇ ਵਿੱਚ ਗ੍ਰਾਫ ਇਹਦਾ ਡਾਊਨ ਕਰ ਲਾਂਗੇ। ਇਹ ਬਿਆਨ ਕੋਈ ਐਸਾ ਬਿਆਨ ਨਹੀਂ ਹੈ ਵੀ ਜਿਹੜਾ ਇਹਨਾਂ ਨੇ ਆਪਣੇ 5-7 ਲੋਕਾਂ ਦੀ ਮੀਟਿੰਗ 'ਚ ਕਿਹਾ ਹੋਵੇ। ਪੱਤਰਕਾਰਾਂ ਨੂੰ ਗੱਲ ਕਰਦੇ ਹੋਏ ਇਹ ਕਹਿ ਰਹੇ ਹੈ ਔਰ ਜਦੋਂ ਕਹਿ ਰਹੇ ਹੈ ਤੇ ਬਿਲਕੁਲ ਕਲੀਅਰ ਕੱਟ ਕਹਿ ਰਹੇ ਹੈ ਵੀ ਸਾਡਾ ਇੱਕੋ ਹੀ ਏਜੰਡਾ ਹੈ ਕਿ ਮੋਦੀ ਦਾ ਗ੍ਰਾਫ ਅਸੀਂ ਡਾਊਨ ਕਰਨਾ ਹੈ। ਮੋਦੀ ਦਾ ਗ੍ਰਾਫ ਕਿਉਂਕਿ ਰਾਮ ਮੰਦਿਰ ਕਰਕੇ ਵੱਧ ਗਿਆ ਹੈ, ਉਸ ਨੂੰ ਲੋਕਾਂ ਨੂੰ ਦੇ ਵਿੱਚ ਡਿਮੋਲਿਸ਼ ਕਰਨਾ ਹੈ ਤਾਂ ਕਿ ਉਹਦੇ ਖਿਲਾਫ ਜਿਹੜੀ ਤਾਕਤਾਂ ਹੈ, ਜਿਹੜੀ ਪੋਲੀਟੀਕਲ ਪਾਰਟੀ ਹੈ, ਉਹਨਾਂ ਨੂੰ ਤਾਕਤ ਮਿਲੇ, ਉਹਨਾਂ ਨੂੰ ਪਾਵਰ ਮਿਲੇ। ਅਗਰ ਇਹ ਹੇਤੂ, ਇਹੀ ਅਗਰ ਹੇਤੂ ਹੈ ਔਰ ਇਹੀ ਉਹਦਾ ਮੂਲ ਹੈ ਇਸ ਅੰਦੋਲਨ ਦਾ, ਤਾਂ ਮੈਨੂੰ ਲੱਗਦਾ ਹੈ ਵੀ ਸਾਰੇ ਸਾਰੇ ਜਿਹੜੇ ਇਸ ਸਮੇਂ ਪੰਜਾਬ ਦੇ ਨਵਯੁਵਕ ਔਰ ਕਿਸਾਨ ਦੇਖਣ, ਵਾਚ ਕਰਨ, ਅਬਜ਼ਰਵ ਕਰਨ ਔਰ ਆਪਣਾ ਮਨ ਉਸ ਸਾਰ ਬਣਾਉਣ, ਵਾਕਈ ਇਹ ਤੁਹਾਨੂੰ ਸੱਚ ਬੋਲ ਰਿਹਾ ਕਿ ਤੁਹਾਨੂੰ ਮਿਸਗਾਈਡ ਕਰ ਰਿਹਾ, ਔਰ ਜਿਹੜੀ ਡਿਮਾਂਡਸ ਹੈਗੀਆਂ, ਜਿਹੜੀ 10 ਡਿਮਾਂਡਸ ਰੱਖੀਆਂ, ਉਸ ਨੂੰ ਵੀ ਅਨਾਲਿਸਿਸ ਕਰਨ ਕਿ ਵਾਕਈ ਉਹ ਡਿਮਾਂਡਸ ਜੈਨੂਨ ਹੈ ਜਾਂ ਅਨਜੈਨੂਨ ਹੈ, ਜਾਂ ਪੂਰੀਆਂ ਹੋ ਸਕਦੀਆਂ, ਕਿੱਦਾਂ ਪੂਰੀਆਂ ਹੋ ਸਕਦੀਆਂ ਔਰ ਕਿਹੜੀ ਕਿਹੜੀ ਸਰਕਾਰ ਕਰ ਸਕਦੀ ਹੈ, ਕਿਹੜੀ ਕਿਹੜੀ ਸਰਕਾਰ ਨਹੀਂ ਕਰ ਸਕਦੀ, ਔਰ ਪਰਟੀਕੁਲਰਲੀ ਅੱਜ ਦੀ ਡੇਟ ਦੇ ਵਿੱਚ, ਅੱਜ ਹੁਣ ਅੱਜ ਲਗਭਗ 16 ਤਰੀਕ ਹੋ ਗਏ, 16 ਫਰਵਰੀ ਹੈ, 8-10-15 ਦਿਨਾਂ ਦੇ ਵਿੱਚ ਕੋਡ ਆਫ ਕੰਡਕਟ ਲੱਗ ਜਾਣਾ, ਇਲੈਕਸ਼ਨ ਆ ਜਾਣਾ। 2024 ਦੇ ਵਿੱਚ 18ਵੀਂ ਲੋਕ ਸਭਾ ਦੇ ਲਈ ਕੰਮ ਸ਼ੁਰੂ ਹੋ ਜਾਣਾ, ਆਪਣੇ ਕੈਂਡੀਡੇਟ MP ਦੇ ਕੈਂਡੀਡੇਟ ਬਣਨੇ ਸ਼ੁਰੂ ਹੋ ਜਾਣੇ ਆ, ਪਰਚੇ ਭਰਨੇ ਸ਼ੁਰੂ ਹੋ ਜਾਣੇ ਆ, ਲੋਕਾਂ ਨੇ ਜਿੱਤਣਾ ਹੈ, ਹਾਰਨਾ ਹੈ, ਕੋਈ ਹਰ ਪਾਰਟੀ ਨੇ ਆਪਣਾ ਆਪਣਾ ਏਜੰਡਾ ਲੈ ਕੇ ਜਾਣਾ ਹੈ ਤੇ ਉਹ ਸਾਰੇ ਏਜੰਡਿਆਂ ਨੂੰ ਅਸੀਂ ਵਾਚ ਕਰੀਏ ਔਰ ਉਸ ਹਿਸਾਬ ਨਾਲ ਆਪਣਾ ਮਨ ਬਣਾਈਏ। ਔਰ ਜਿਹੜੇ ਲੋਕ ਇਸ ਸਮੇਂ ਕਰ ਰਹੇ ਹੈ, ਜਿਹੜਾ ਜਿੱਦਾਂ ਇਹਨਾਂ ਦਾ ਆਪਾਂ ਸੁਣਿਆ ਵੀ ਇਹ ਕਿਉਂ ਕਰ ਰਹੇ ਹਾਂ, ਉਸ ਦਾ ਵੀ ਅਨਾਲਿਸਿਸ ਕਰੀਏ ਔਰ ਕਰਦੇ ਹੋਏ ਪੰਜਾਬ ਸਹੀ ਫੈਸਲਾ ਕਰੇਗਾ, ਪੰਜਾਬ ਦੇ ਲੋਕ ਸਹੀ ਫੈਸਲਾ ਕਰਨਗੇ, ਐਸਾ ਹੀ ਸਾਨੂੰ ਪੰਜਾਬ ਪੁਲਿਸ ਦੇ ਲੋਕਾਂ ਨੂੰ ਵੀ, ਸਾਡੇ ਸਾਡੀ ਜਿਹੜੀ ਟੀਮ ਨੂੰ ਉਹ ਵੀ ਲੱਗਦਾ। ਔਰ ਜੇ ਤੁਹਾਨੂੰ ਢੱਲੇਵਾਲ ਦਾ ਜਿਹੜਾ ਬਿਆਨ ਠੀਕ ਲੱਗਦਾ, ਉਸ ਦੀ ਸਮੀਖਿਆ ਨੂੰ ਕਰਦੇ ਹੋਏ ਸਾਰਾ ਕੁਝ ਆਪਾਂ ਅਨਾਲਿਸਿਸ ਕਰੀਏ ਤਾਂ ਕਿ ਜਨਤਾ ਨੂੰ ਵੀ ਔਰ ਸਾਨੂੰ ਵੀ ਜਿਹੜੀ ਇਹਨਾਂ ਦੀ ਸੱਚਾਈ ਹੈ ਪਤਾ ਲੱਗੇ। ਜੈ ਸ਼੍ਰੀ ਰਾਮ, ਵੰਦੇ ਮਾਤਰਮ, ਭਾਰਤ ਮਾਤਾ ਕੀ ਜੈ।